ਸਤ ਸ੍ਰੀ ਅਕਾਲ ਬਲੀਓ ਕੀ ਹਾਲ ਚਾਲ ਹੈ ਖੈਰ ਖਰੀਤ ਨਾਲ ਲੱਗੇ ਉਮੀਦ ਕਰਾਂਗਾ ਕਿ ਸਾਰੇ ਵੇਖਣਾਂ ਦੇ ਬਿਲਕੁਲ ਠੀਕ ਠਾਕ ਹੋਣਗੇ ਤੇ ਖਰੀਤ ਨਾਲ ਹੋਣਗੇ ਲਓ ਬਲੀਓ ਮੌਜੂਦ ਹੈ ਗਿਆ ਚਾਂਗ ਦੇ ਵਿੱਚ ਤੇ ਇੱਕ ਖੂਬਸੂਰਤ ਕਾ ਤਾਵਰ ਸੋਹਣੀ ਛੋਟੀਆਂ ਕਾਨਕਨੋਤੀਆਂ ਵਾਲੀ ਘੋੜੀ ਨੁਕਰੀ ਘੋੜੀ ਉਹ ਦੋਸਤਾਂ ਨੂੰ ਵਿਖਾਣੇ ਆ ਦੀ ਡਿਟੇਲ ਸ਼ੇਅਰ ਕਰਦੇ ਆ ਨਾਲੇ ਰਾਪਤਾ ਨੰਬਰ ਦੋਸਤਾਂ ਦੇ ਨਾਲ ਸ਼ੇਅਰ ਕਰ ਦਿੰਦੇ ਆ ਲਓ ਬਲੀਓ ਮਾਸ਼ਾ ਅੱਲਾਹ ਖੂਬਸੂਰਤ ਸੋਹਣੀ ਨੁਕਰੀ ਘੋੜੀ

ਮਾਸ਼ਾਅੱਲਾ ਜੀ ਖੁਰਾ ਮੈਂ ਸਵਾਰੀ ਦੇ ਸਵਾਰੀ ਦੇ ਬਿਲਕੁਲ ਸਾਹ ਮਾਰ ਛਾਲ ਵਾਸਤੇ ਦੇ ਉੱਤੇ ਇਹਦੀ ਕੋ ਸਵਾਰੀ ਵੀ ਖਾ ਸਾਨੂੰ ਵੀਡੀਓ ਬਣਾ ਲਾ ਹਾਂਜੀ ਕੋਈ ਨਹੀਂ ਮਾਰੋ ਛਾਲ ਤੁਸੀਂ ਦੀ ਖਾਓ ਸਾਨੂੰ ਸਵਾਰੀ ਤੇ आ गया माशाल्लाह जी सवारी देख लो और ये चालबाज घोड़ी है Maşallah ਲਓ ਮੇਰੀ ਤਸੱਲੀ ਦੇ ਨਾਲ ਚੜੀ ਦੀ ਵੀਡੀਓ ਵੇਖ ਲਓ ਤੇ ਬਾਕੀ ਡਿਟੇਲ ਆਪਾਂ ਖੁਰਮ ਕਰ ਲੈ ਲੈਨੇ ਮੌਸਮ ਅਜ ਬੜਾ ਬਿਹਤਰੀਨ ਆ ਜਨਾਬ ਬੱਦਲ ਆਏ ਹੋਏ ਨੇ ਫੈਸਲਾਬਾਦ ਤੋਂ بارش ਆਇਆ ਸੀ ਤੇ ਇੱਥੇ ਚੰਗ ਹੁਣ ਨਾਰਮਲ ਹੀ ਆ ਮਾਸ਼ਾਅੱਲਾ ਲੈਉ ਜੀ ਲੈਉ ਲੈਉ ਹੁਰਾ ਮੈਂ ਕੋੜੀ ਦੀ ਕੀ ਉਮਰੇਗੀ 6 ਸਾਲ ਜੀ 6 ਸਾਲ ਜੀ ਇਹਦਾ ਰੰਗ ਕੀ ਹੈ ਇਹਦਾ ਰੰਗ ਸਫੈਦ ਨੋ ਕਰਾ ਜੀ ਅੱਛਾ ਜੀ ਤੇ ਦਿਨਾਰ ਵੀ ਹੈ ਨਾ ਬਾਈ ਜੀ ਕੋਈ ਨਵਾਇਆ ਜੇ ਕੋਈ ਮਾੜਾ ਮਾੜਾ ਆਵੇ ਤਾਂ ਆਵੇ ਨਹੀਂ ਥੋੜੇ ਥੋੜੇ ਹੈ ਤੇ ਬਾਈ ਜੀ ਨਵਾਇਆ ਸ਼ਵਾਇਆ ਜੇ ਕੋਈ ਆ ਜਾਵੇ ਤਾਂ ਨਹੀਂ ਤੇ ਬਿਲਕੁਲ ਫਾਇਦ ਨੁਕਰੀ ਹੈ ਜੀ ਅੱਖਾਂ ਦਵੇਂ ਕਾਲੀਆਂ ਮੱਥਾ ਸਫੈਦ ਅੱਛਾ ਕੋਈ ਤਾਰਾ ਨਹੀਂ ਕੋਈ ਦੁਗਾੜਾ ਨਹੀਂ ਜੀ ਮੱਥਾ ਸਾਫ਼ ਹੈ ਜੀ ਬਿਲਕੁਲ ਨਹੀਂ ਨਹੀਂ ਸਾਫ਼ ਹੈ ਜੀ ਅੱਛਾ ਅੱਛਾ ਤੇ ਸਾਫ਼ ਹੈ ਜੀ ਠੀਕ ਕੋਈ ਤਾਰਾ ਅੱਖੀਂ ਦਵੇਂ ਕਾਲੀਆਂ ਜੀ ਅੱਛਾ ਜੀਾ ਛੋਟਾ ਕਾਨ ਮੋਠ ਬਾਹਰ ਹਾਂ ਸੀਨਾ ਚੌੜਾ ਹਾਂ ਸੋਮ ਚੌੜਾ ਅਸੀਲ ਸਾਹਿਬ ਬਾਂਵੇਂ ਬੱਚੇ ਠਵਾੜੇ ਵਾਟਾ ਸੋਮਬ ਵੇਖ ਲੋ ਚਾਰ ਰੰਗਾਂ ਵਾਲ ਗਾਮਚੀ ਜੀ ਅੱਛਾ ਜੀ ਆ 36 ਇੰਚ ਕਾ ਦਜੀਏ 36 ਇੰਚ ਜੀ ਆ ਬੇਸ਼ੱਕ ਹੋਏ ਤਾਂ ਆਪਣੀ ਪਮਾਸ਼ ਕਰ ਸਕਦਾ ਵੇ ਜੀ ਬੰਦੇ ਸਿਆਣੇ ਹੋ ਗਏ ਨਾ ਹੁਣ ਇੰਚ ਟੇਪ ਆਪਣੀ ਲੈ ਆਂਦੇ ਬਾਈ ਜੀ ਮੈਂ ਆ ਤਾਂ ਮੈਂ ਸਾਰੀਆਂ ਦਾਸ ਛੱਡੀਆਂ ਮੈਂ ਬਾਈ ਜੀ ਪਹਿਲੀ ਗੱਲ ਤੇ ਨਾ ਜਿਹੜਾ ਝੂਠ ਹੁੰਦਾ ਨਾ ਸਰਪਾਰੀ ਝੂਠ ਹੀ ਆ ਹਾਂ ਜੀ ਬਾਂਵੇਂ ਇੱਥੇ ਹੋਵੇ ਬਾਂਜੀਥੇ ਹੋਵੇ ਝੂਠ ਜਿਹੜਾ ਨਾ ਅੱਜ ਤੋਂ ਦੌਰ ਨਾਟ ਦੌਰ ਝੂਠ ਨੂੰ ਛੋਪੀ ਨਹੀਂ ਸਕਦਾ ਤੇ ਜੇਸ ਬੰਦਾ ਖੈਸ਼ਮੰਦ ਹੋਵੇ ਅਗਰ ਸਾਡੀ ਜ਼ਬਾਨ ਦੀ ਤਬਾਰੁਸ ਤਾਂ ਠੀਕ ਨਹੀਂ ਤੇ ਇੰਚੀ ਟੇਬੇ ਸ਼ੱਕ ਆਪਣੀ ਨਾਲ ਲਈ ਆਵੇ ਠੀਕ ਹੋ ਗਿਆ ਪਮੈਸ਼ਕਾਰ ਲੈ ਜੇ ਪਮੈਸ਼ੇ ਝੂਠ ਹੋਵੇ ਤਾਂ ਮੀਆਂ ਆਵਣ ਜਾਵਣ ਦਾ ਕਿਰਾਇਆ ਖਰਚਾ ਸਾਡਾ ਹੋਇਆ ਉਸ ਦਾ ਨਾ ਹੋਇਆ ਇੰਚ ਦੇ ਦਾ ਫਰਕ ਲੱਗ ਜਾਂਦਾ ਇੰਚ ਬਾਈ ਜੀ ਖੈਰ ਹੁੰਦੀ ਹੈ ਉਹ ਬਾਈ ਜੀ ਗੱਲ ਸੁਣਨ ਜਿਹੜੇ ਪਾੜੇ ਹੁੰਦੇ ਨਾ ਉਹਦੀ ਖੈਰ ਨਹੀਂ ਹੁੰਦੀ ਬਾਈ ਜੇ 2 ਇੰਚ ਦਾ ਹੀ ਫਰਕ ਹੋਏ ਤੈਨੂੰ ਘੋੜੀ ਫਰੀ ਦੇਵਣੀ ਜੀ ਆ ਸਿਆਲੋ ਕੁਰਾ ਮੈਂ ਕਿੰਨੇ ਸੂਏ ਸੂਈ ਹੋਈ ਹੈ ਇਹ ਬਾਜੇ 200 ਸੂਈ ਹੈ ਜੀ ਅੱਛਾ ਜੀ ਇਹ ਤੁਹਾਡੇ ਕੋਲ ਹੀ ਸੂਈ ਹੈ ਜਾਂ ਪਿੱਛਾ ਜੀ ਬਾਜੇ ਸਾਡੇ ਕੋਲ ਹੀ ਸੂਈ ਹੈ ਔਰ ਇਹਦੀਆਂ ਘੋੜੀਆਂ ਜਿਹੜਾ ਉਹ ਤੈਨੂੰ ਬਛੇਰਾ ਪਹਿਲਾਂ ਵਿਖਾਇਆ ਹੈ ਹਾਂਜੀ ਉਹ ਇਸੇ ਘੋੜੀ ਦਾ ਪੋਤਰੇ ਜੀ ਇਸ ਘੋੜੀ ਦਾ ਇਸ ਘੋੜ ਦਾ ਇਹ ਆਪ ਜ਼ੁਲੇ ਸਿਆਲ ਵਾਲੇ ਘੋੜੇ ਦੀ ਹੈ ਜਿਹੜਾ ਬਹਿਰੀਆ ਟਾਉਨ ਗਿਆ ਹੈ ਜੀ ਅੱਛਾ ਇਹ ਉਸ ਘੋੜੇ ਦੀ ਬੱਚੀ ਹੈ ਜੀ ਅਗਰ ਜੇ ਕੋਈ ਬੰਦਾ ਨਾ ਮੰਨੇ ਤਾਂ ਜ਼ੁਲੇ ਸਿਆਲ ਕੋਲ ਤਾਂ ਸਾਰਾ ਬਾਇਓ ਡਾਟਾ ਪਏ ਦੀ ਮਾਂ ਦਾ ਇਹਦੇ ਪਿਓ ਦਾ ਬਾਕੀ ਦਾ ਸਾਡਾ ਸ਼ਨਾਖਤੀ ਕਾਰਡ ਉੱਤੇ ਬਿਲਕੁਲ ਮੌਜੂਦ ਹੈ ਆਪਣੋ ਸਾਰਾ ਬਾਇਓ ਡਾਟਾ ਔਰ ਸਾਰੀ ਪਬੰਦੀ ਪੱਕੇ ਇਕਰਾਰ ਤੇ ਤਾਂ ਉਹ ਕੰਮ ਕਰਦਾ ਹੈ ਇਹਦੀ ਉਮਰ ਕਿਤਨੀ ਹੈ ਇਹ ਉਮਰ 6 ਸਾਲ ਹੈ ਲਓ ਜੀ ਭਾਈ ਜੀ ਵੇਖੋ ਅੱਛਾ ਇੱਕ ਤੇਰੀ ਮਿਹਰਬਾਨੀ ਹੈ ਜੀ ਜੀ ਘੋੜੀ ਦੀ ਉਮਰ ਤਾਂ 6 ਸਾਲ ਦਸੀ ਜੀ ਹਾਂ ਨਹੀਂ ਤਾਂ 5 ਸਾਲਾਂ ਤਾਂ ਕੋਈ ਵੱਧਾ ਹੀ ਨਹੀਂ ਪਿਆ ਪਤਨੀ ਭਾਈ ਜਿਹਦਾ ਹੁੰਦਾ ਜੂ ਝੂਠ ਮੂੰਹ ਜਿਹਦਾ ਬਾਤ ਬੰਦੇ ਕਸਮਾ ਕੁਰਾਨ ਚਾਉਣ ਉਹਨਾਂ ਲੋ ਬੰਦਾ ਬੇਇੱਜ਼ਤ ਹੋ ਜਾਂਦਾ ਉਹਨਾਂ ਨਾਲ ਗੱਲ ਲਗ ਲੈਣ ਸੌਦਾ ਇੱਕ ਨਸੀਬ ਤੋਂ ਹੁੰਦਾ ਵੇ ادله ਨੂੰ ਗਾਲ ਖੁੱਲ੍ਹੀ ਕਰੋ ਖੋਲ ਤੇ ਕਰੋ ਅਗਲਾ ਜੋ ਆਉਣਾ ਕੀ ਹੈ 5 ਸਾਲ ਹੈ ਉਹ ਜੋ ਦੂਰ ਤੋਂ ਆਵੇ ਤਾਂ ਉਸ ਆਪਣੇ ਦੰਦ ਵੇਖ ਨਹੀਂ ਲੈਣੂ ਮਰ ਗੋੜੀ ਸਾਹਮਣੇ ਨਹੀਂ ਆ ਜਾਵਣੀ ਤੁਮੋ ਕੋਈ ਝੂਠ ਬੋਲਣ ਕੋਈ ਫਾਇਦਾ ਹੈ ਬਾਅਦ ਗੱਲਾਂ ਝੱਲਣ ਦਾ ਜਾਂ ਇਤਰਾਜ ਝੱਲਣ ਦਾ ਕੋਈ ਫਾਇਦਾ ਆਇਆ ਸੇ ਸਹੀ ਗੱਲ ਹੈ ਤੇਰਾ ਵੀ ਕਾਰੋਬਾਰ ਖਰਾਬ ਸਾਡਾ ਹੀ ਵਕਾਰ ਕਰੋ ਤਾਂ ਕੋਈ ਫਾਇਦਾ ਹੈ ਕੋਈ ਫਾਇਦਾ ਨਹੀਂ ਗੋੜੀ ਹੱਥਾਂ ਪੈਰਾਂ ਦੀ ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਹੈ ਜੀ ਅੱਛਾ ਹੱਥਾਂ ਪੈਰਾਂ 'ਈ ਕੋਈ ਨੁਕਸ ਹੋਵੇ ਚੜ੍ਹੀਏ ਨੁਕਸ ਹੋਵੇ ਬਲਾਡੇ ਕੋਈ ਫਾਰਕ ਹੋਵੇ ਤਾਂ ਉਸ ਗੱਲ ਦਾ ਸੇ ਜ਼ਿੰਮੇਵਾਰ ਆ ਔਰ ਬਾਕੀ ਜੋ ਸੋਹਣੀ ਐ ਕੋੜੀ ਉਹ ਜੋ ਕੁਛ ਤਸਵੀਰ ਤੇ ਤੇਰੇ ਸਾਹਮਣੇ ਖੜੀ ਐ ਸਹੀ ਗੱਲ ਜੀਆ ਅੱਛਾ ਹੁਣ ਹੁਣ ਇਸ ਟਾਈਮ ਇਕਾਲੀ ਐ ਇਹ ਗੱਭਣੇ ਕੋੜੀ ਤੇ ਇਸ ਟਾਈਮ ਭਾਈ ਜੀ ਖੜੀ ਐ ਘੋੜਾ ਕੋਈ ਨਹੀਂ ਕਰਾਦਾ ਨਹੀਂ ਭਾਈ ਜੀ ਸੰਘੋੜਾ ਕਰਾ ਸੀ ਕੋਈ ਸਾਡਾ ਕੁਝ ਜਾਨ ਬਣ ਗਿਆ ਵੇਚਾ ਸਾਡ ਕੋ ਘੋੜੀਆਂ ਹੋ ਗਈਆਂ ਜ਼ਿਆਦਾ ਅੱਛਾ ਉਰੋ ਦੁਬਾਰਾ ਤੋਂ ਜਿਹੜੀ ਫਾਰਮ ਵਾਲੀ ਘੋੜੀ ਤੁਸੀਂ ਵੇਖੀ ਐ ਹਾਂਜੀ ਉਹ ਵੀ ਸੇ ਘੋੜੀ ਦੀ ਐ ਅੱਛਾ ਜੀਆ ਹੁਣ ਉਹ ਸਾਡੇ ਕੋ ਘੋੜੀਆਂ ਜ਼ਿਆਦਾ ਹੋ ਗਈਆਂ ਹੁਣ ਕੋਈ ਇਤਨੀ ਜਗ੍ਹਾ ਕੋਈ ਨਹੀਂ ਬਾਬਾ ਆਖਿਆ ਉਹ ਵਿੱਚ ਦੋ ਤਰਾ ਸੇਲ ਕਰ ਦੇਵੀਂ ਉਹ ਬਛੇਰਾ ਹੀ ਸੇਲ ਕਰੂਆ ਜਾਂ ਇਹ ਘੋੜੀ ਸੇਲ ਕਰੂਆ ਜੀ ਠੀਕ ਖੁਰਮ ਗੱਲ ਆ ਵੇਖੋ ਮناسب ਜੀ ਘੋੜੀ ਤੇਰੀ ਸੋਹਣੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਘੋੜੀ ਇਹ ਤਾਂ ਸ਼ੱਕ ਕੋਈ ਨਹੀਂ ਤੇ ਕੋ ਮناسب ਜੀ ਇਹਦੀ ਡਿਮਾਂਡ ਕਰਦੇ ਮੋਲ ਤਾਂ 10 ਲੱਖ ਰੁਪਇਆ ਬਾਈ ਕਰਦਾ ਅੱਛਾ ਜੀ ਲੈਣ ਕਿਤਨੇ ਪਿਆਰ ਮੁਹabbat ਹੋ ਜਿ세 ਜਿੰਨਾ ਤੂੰ ਆਖਿਆ ਪਿਆਰ ਜੇ ਤੇਰੇ ਉਤੇ ਇਨਸਾਫ ਹੈ ਜਿੰਨਾ ਤੂੰ ਪਿਆਰ ਮੁਹabbat ਆ ਕਿੰਨਾ ਹੀ ਕਰ ਲਈ ਸਰ ਮੈਂ ਤਾਂ ਨੰਬਰ ਹੀ ਤੇਰਾ ਦੇ ਚਣ ਨਾਲ ਪਿਆਰ ਮੁਹabbat ਦਿੱਤੋ ਕਰ ਉਹ ਤਾਂ ਗੱਲ ਠੀਕ ਹੈ ਨੰਬਰ ਤੋਂ ਮੇਰਾ ਜੇ ਕੋਈ ਲੈਣ ਵਾਲਾ ਹੋਇਆ ਨਾ ਤਾਂ ਇਨਸ਼ਾਅੱਲਾ ਉਹਦੀ ਜ਼ਰੂਰ ਦੀਦ ਕਰਸਾਂ ਕੋਈ ਬੰਦਾ ਹੋਇਆ ਤਾਂ ਅੱਖ ਸੀ ਵਾਕਿਆ ਸਾਡੀ ਕਿਸੇ ਦੀਦ ਕੀਤੀ ਹੈ ਅੱਛਾ ਜੀ ਹਾਂ ਇਨਸ਼ਾਅੱਲਾ ਬਾਕੀ ਸਵਾਰੀ ਹੈ ਤਾਂ ਸਾਡੇ ਕੋਲ ਵੀਡੀਓ ਮੌਜੂਦ ਹੈ ਸਵਾਰੀ ਕੋਈ ਫਾਰਕ ਹੈ ਤਾਂ ਗੱਲ ਦੇ ਉਸ ਜ਼ਿੰਮੇਵਾਰ ਉਸਾ ਉਮਾਰ ਦਾ ਜ਼ਿੰਮੇਵਾਰ ਉਸਾ ਹੈ ਸੋਹਣੀ ਘੋੜੀ ਜੋ ਕੋਈ ਤੁਹਾਡੇ ਸਾਹਮਣੇ ਹੈ ਉਹ ਤਾਂ ਅੱਲਾ ਪਾਕ ਹਰ ਨੂੰ ਅੱਖੀਂ ਦਿੱਤੀ ਨੂੰ ਵੇਖ ਸਕਦਾ ਹੈ ਹਾਂਜੀ ਸੋਮ ਵੇਖ ਲਓ ਛਾਤੀ ਵੇਖ ਲਓ ਬਲੀਓ ਘੋੜੀ ਤੁਸੀਂ ਵੇਖ ਲਈਏ ਦੀ ਡਿਟੇਲ ਸਾਰੀ ਦੋਸਤਾਂ ਦੇ ਨਾਲ ਸ਼ੇਅਰ ਹੋ ਗਈ ਹੈ ਵੀਡੀਓ ਕਿਵੇਂ ਦੀ ਲੱਗੀ ਹੈ لازਮੀ ਦੱਸਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਇਹਦੇ ਨਾਲ ਹੀ ਆਪਣੇ ਵੀਰ ਸਗੀਰ ਅਬਾਸ ਰੈਨਦੁਰ ਖੁਰਮ ਇਹਨੂੰ ਦਿਓ ਇਜਾਜ਼ਤ ਰਾਮ ਰੱਖ